ਆਜ਼ਾਦੀ ਕਾਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਪਾਰ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਉਦੇਸ਼ ਪ੍ਰਸਤਾਵ ਅਤੇ ਸੁਤੰਤਰਤਾ ਸੈਨਾਨੀ ਲక్ష్ਮੀ ਚੰਦ ਚੈਨ ਬਾਰੇ ਜਾਣਕਾਰੀ ਦੇ ਰਹੇ ਹਾਂ This constituent assembly declares its firm and solemn resolve 13 december 1946 nu jawahal lal nehru ne samvidhan sabha vich uddesh prastav pesh kita si for free india as an independent sovereign republic ਇਹ ਪ੍ਰਸਤਾਵ ਉਹਨਾਂ ਲੋਕਾਂ ਦੀ ਇੱਛਾ ਸੀ ਜੋ ਸੰਵਿਧਾਨ ਬਣਾ ਰਹੇ ਸਨ ਅਤੇ ਬਾਅਦ ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਬਣਿਆ ਸਭਾ ਵਿੱਚ 16 ਅਤੇ 19 ਦਸੰਬਰ ਦੇ ਦਰਮਿਆਨ ਇਸ ਪ੍ਰਸਤਾਵ ਤੇ ਵਿਆਪਕ ਚਰਚਾ ਹੋਈ 21 ਜਨਵਰੀ 1947 ਨੂੰ ਇੱਕ ਵਾਰ ਫਿਰ ਪ੍ਰਸਤਾਵ ਤੇ ਚਰਚਾ ਹੋਈ ਇਸ ਵਿਚਾਰ ਵਟਾਂਦਰੇ ਦੌਰਾਨ ਸੰਵਿਧਾਨ ਸਭਾ ਵਿੱਚ ਪ੍ਰਸਤਾਵ ਦੀ ਉਦੇਸ਼ਾਂ ਅਤੇ ਸੰਬੰਧਿਤ ਰਾਜਨੀਤਿਕ ਸੰਦਰਭ ਦੇ ਵਕ-ਵਕ ਪਹਿਲੂਆਂ ਤੇ ਚਰਚਾ ਕੀਤੀ ਗਈ ਇਨਾ ਵਿੱਚ ਰਜਵਾੜੀਆਂ ਦੀਆਂ रियासतਾਂ ਦੇ ਭਾਰਤ ਵਿੱਚ ਰਲੇਵੀ ਤੋਂ ਬਾਅਦ ਦੀ ਸਥਿਤੀ ਸੰਗਵਾਦ ਘਟ ਗਿਣਤੀਆਂ ਦੇ ਅਧਿਕਾਰਾਂ ਅਤੇ ਸਮਾਜਿਕ ਕਾਰਤਿਕਾ ਅਧਿਕਾਰ ਵਰਗੇ ਪਹਿਲੂ ਵੀ ਸ਼ਾਮਲ ਸਨ ਵਕ-ਵਕ ਚਰਚਾ ਮਦਦੋਂ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਅੰਤ ਵਿੱਚ 22 ਜਨਵਰੀ 1947 ਨੂੰ ਸੰਵਿਧਾਨ ਸਭਾ ਦੀ ਮੁਖੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਮੈਂਬਰਾਂ ਨੂੰ ਸੰਕੇਤ ਦਿੱਤਾ ਕਿ ਪ੍ਰਸਤਾਵ ਤੇ ਵੋਟਾਂ ਪਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਪ੍ਰਸਤਾਵ ਪੜ੍ਹਿਆ। ਸ਼੍ਰੀ ਮੋਹਨ ਲਾਲ ਸਖਸੈਨਾ ਨੇ ਉਸ ਦਾ ਉਰਦੂ ਅਨੁਵਾਦ ਪੜ੍ਹਿਆ। ਉਸ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਵੋਟਾਂ ਪਾਈਆਂ ਅਤੇ ਸਾਰੇ ਹੀ ਮੈਂਬਰਾਂ ਨੇ ਖੜੇ ਹੋ ਕੇ ਪ੍ਰਸਤਾਵ ਮਨਜ਼ੂਰ ਕੀਤਾ ਇਸ ਪ੍ਰਸਤਾਵ ਦਾ ਉਦੇਸ਼ ਭਾਰਤ ਦੇ ਭਵਿੱਖ ਦੀ ਤਸਵੀਰ ਦੀ ਕਲਪਨਾ ਕਰਨਾ ਸੀ ਸੰਵਿਧਾਨ ਕੁਝ ਲੋਕਾਂ ਨੇ ਬਣਾਇਆ ਜੋ ਸਭਾ ਵਿੱਚ ਹਾਜ਼ਰ ਸਨ ਪਰ ਉਹ ਹਰੇਕ ਭਾਰਤੀ ਦਾ ਸੰਵਿਧਾਨ ਸੀ ਵੀ ਦ ਪੀਪਲ ਆਫ ਇੰਡੀਆ ਭਾਰਤ ਦੀ ਸੰਵਿਧਾਨ ਨੂੰ अनेका ਭਾਰਤੀਆਂ ਦੀ ਇੱਛਾ ਬਨਣਾ ਹੈ ਅਤੇ ਕਹਾਣੀ ਇਨ੍ਹਾਂ ਪ੍ਰਸਤਾਵੋਂ ਤੋਂ ਸ਼ੁਰੂ ਹੋਈ ਸੀ ਜੋ ਬਾਅਦ ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਿੱਧ ਪ੍ਰਸਤਾਵਨਾ ਦੇ ਰੂਪ ਵਿੱਚ ਸਾਹਮਣੇ ਆਇਆ ਅੱਜ ਅਸੀਂ ਮਨੀਪਰ ਮੰਨੇ ਗਾਂਧੀਵਾਦੀ ਸੁਤੰਤਰਤਾ ਸੈਨਾਨੀ ਅਤੇ ਸਾਫ ਦਾ ਪ੍ਰਸ਼ਾਸਨਿਕ ਅਧਿਕਾਰੀ ਲక్ష్ਮੀ ਚੰਦ ਜੈਨ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 13 ਦਸੰਬਰ 1955 ਨੂੰ ਮੌਜੂਦਾ ਰਾਜਸਥਾਨ ਦੇ ਬਹਾਦਰਪੁਰ ਇਲਾਕੇ ਵਿੱਚ ਹੋਇਆ ਸੀ ਜਵਾਨੀ ਤੋਂ ਹੀ ਲక్ష్ਮੀ ਚੰਦ ਨੇ 1942 ਦੇ ਸਾਲ ਦੌਰਾਨ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਬਾਅਦ ਵਿੱਚ ਉਹਨਾਂ ਨੂੰ 1947 ਵਿੱਚ ਉੱਤਰੀ ਦਿੱਲੀ ਦੇ ਕਿੰਗਸਵੇਕੈਂਪ ਵਿੱਚ ਸ਼ਰਨਾਰਥੀਆਂ ਦੇ ਕੈਂਪ ਦੀ ਜ਼ਿੰਮੇਵਾਰੀ ਸੌਂਪੀ ਗਈ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਉਹ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਸ਼ਾਮਲ ਹੋ ਗਏ ਅਤੇ ਕਈ ਵਾਰ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ ਦੱਖਣੀ ਅਫਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਡੈਮਾ ਦੇ ਆਲਮੀ ਕਮਿਸ਼ਨ ਦੇ ਮੈਂਬਰ ਰਹੇ ਅਤੇ ਭਾਰਤੀ ਸਹਿਕਾਰੀ ਸੰਘ ਅਤੇ ਅਖਿਲ ਭਾਰਤੀ ਦਸਤਕਾਰੀ ਬੋਰਡ ਦੇ ਸਕੱਤਰ ਵੀ ਰਹੇ ਲక్ష్ਮੀ ਚੰਦ ਜੈਨ ਦੇਸ਼ ਦੇ ਪਹਿਲੇ ਸਹਿਕਾਰੀ ਨੇਤਾਵਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੇ ਭਾਰਤੀ ਸਹਿਕਾਰੀ ਸੰਘ ਦੇ ਗਠਨ ਵਿੱਚ ਕਮਲਾ ਦੇਵੀ ਚਟੋਪਾਧਿਆਏ ਦੀ ਸਹਾਇਤਾ ਕੀਤੀ ਅਤੇ ਇਸ ਦੇ ਸਿਧਾਂਤ ਦਸਤਕਾਰੀ ਉਦਯੋਗ ਦੇ ਵਿੱਚ ਲਾਗੂ ਕੀਤੇ ਆਲ ਇੰਡੀਆ ਦਸਤਕਾਰੀ ਬੋਰਡ ਦੇ ਸਕੱਤਰ ਦੇ ਰੂਪ ਦੇ ਵਿੱਚ ਉਨ੍ਹਾਂ ਨੇ ਵਿਕੇਂਦਰੀਕ੍ਰਿਤ ਉਤਪਾਦਨ ਨੂੰ ਹੁਲਾਰਾ ਦਿੱਤਾ ਅਤੇ ਸਵੈ ਰੁਜ਼ਗਾਰ ਵਿੱਚ ਲੱਗੇ ਬੁਨਕਰਾਂ, ਤਰਖਾਨਾ ਅਤੇ ਧਾਤੂਕਾਰਾਂ ਨੂੰ ਸਿਖਲਾਈ ਤਕਨੀਕੀ ਸੇਵਾਵਾਂ ਅਤੇ ਕਰਜ਼ੇ ਮੁਹੱਈਆ ਕਰਵਾਉਣ ਦੇ ਕੰਮ ਕੀਤੇ ਆਜ਼ਾਦੀ ਦੀ ਕੂਲ ਦੀ ਵਿਰਾਸਤ ਨੂੰ ਜ਼ਿੰਦਾ ਰੱਖਣ ਦੇ ਲਈ ਲక్ష్ਮੀ ਚੰਦ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ 1988 ਵਿੱਚ ਮੈਗਾ ਸასი ਐਵਾਰਡ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਮਰਨ ਉਪਰੰਤ 2011 ਵਿੱਚ ਭਾਰਤ ਦੇ ਦੂਜੀ ਸਰਵਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਲਈ ਚੁਣਿਆ ਗਿਆ ਪਰ ਉਨ੍ਹਾਂ ਦੇ ਪਰਿਵਾਰ ਨੇ ਇਹ ਪੁਰਸਕਾਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸਰਕਾਰੀ ਸਨਮਾਨ ਦੇ ਖਿਲਾਫ ਸਨ। 14 ਨਵੰਬਰ 2010 ਨੂੰ ਨਵੀਂ ਦਿੱਲੀ ਵਿੱਚ ਲక్ష్ਮੀ ਚੰਦ ਚੈਨ ਦਾ ਦੀਹਾਂਤ ਹੋ ਗਿਆ ਮਹਾਨ ਭਾਰਤੀ ਨਾਗਰਿਕ ਅਤੇ ਮਾਤਭੂਮੀ ਦੇ ਪ੍ਰੇਮੀ ਨੂੰ ਸੋ ਸੋ ਬਾਹ ਨਮਨ